ਰੇਡੀਓ ਯੂ ਐਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਵਿਸ਼ੇਸ਼ ਤੌਰ ਦੇ ਉੱਤੇ ਆਪਾਂ ਅਪਡੇਟ ਅਮੈਰੀਕਾ ਦੇ ਵਿੱਚ ਗੱਲਬਾਤ ਕਰਨ ਦੇ ਲਈ ਲੈ ਕੇ ਆਏ ਹਾਂ ਆਪਣੇ ਨਾਲ ਟਰੱਕਐਕਸ ELD ਵਾਲੇ ਜਿਹੜੇ ਤਪਨ ਚੌਧਰੀ ਜੀ ਆ ਕੇ ਜੁੜੇ ਨੇ। ਤਪਨ ਜੀ ਜੀ ਆਇਆਂ ਨੂੰ ਵੈਲਕਮ ਟੂ ਦਾ ਸ਼ੋਅ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਆਪਾਂ ਜਿਹੜੇ ਟਰੱਕਐਕਸ ਦੇ ਜਿਹੜੇ ELDs ਹੈਗੇ ਜਿਹੜੇ ਬਲੂਟੂਥਾਂ ਵੀ ਚੱਲਦੇ ਇਹਨਾਂ ਕੋਲ ਵਾਇਰਡ ਵਾਲੇ ਵੀ ਆ ਉਹ ਸਾਰੇ ਜਿਹੜੇ ਉਸ ਦੇ ਬਾਰੇ ਗੱਲਬਾਤ ਆ ਉਹ ਕਰਾਂਗੇ। ਸੋ ਸਭ ਤੋਂ ਪਹਿਲਾਂ ਤਪਨ ਜੀ ਮੈਂ ਤੁਹਾਨੂੰ ਜਿਹੜਾ ਉਹ ਪੁੱਛਣਾ ਚਾਹੁੰਦਾ ਹਾਂ, ਸੋ ਦਾ ਕੰਪਲਾਇੰਸ ਡੇਟ ਬਹੁਤ ਨਜ਼ਦੀਕ ਜਿਹੜੀ ਆ ਗਈ ਆ 16th ਦਸੰਬਰ ਨੂੰ ਜਿਹੜੀ ਕੰਪਲਾਇੰਸ ਡੇਟ ਆ, ਸੋ ਆਰ ਯੂ ਗਾਇਜ਼ ਰੈਡੀ, ਸਾਰੇ ਜਾਣੇ ਰੈਡੀ ਹੋ? ਵੀ ਆਰ ਰੈਡੀ ਐਜ਼ ਮਚ ਐਜ਼ ਵੀ ਕੈਨ ਜੀ, ਜਿੰਨਾ ਹੋ ਸਕੇ ਰੈਡੀ ਤੋਂ ਹੈ। ਅਭੀ ਸਭੀ ਲੋਕ ਹਮਾਰੇ ਕਾਫੀ ਲੋਕ ਹੈ ਜੋ ELD ਮੈਂ ਆਲਰੇਡੀ ਮੂਵ ਕਰ ਚੁੱਕੇ ਹੈ, ਪਰ ਮੈਜੋਰਿਟੀ ਸਾਰੇ ਲੋਕ ਤੋਂ ਰੁਕੇ ਹੈ ਅਭੀ 15 ਤਾਰੀਖ ਤੱਕ। ਸੋ ਜੋ ਅਗਰ ਕੋਈ ਜਿੱਦਾਂ ਤੁਹਾਨੂੰ ਕੋਈ ਲਾਸਟ ਡੇ ਦੇ ਵਿੱਚ ਕਰਦਾ ਹੈ, ਸੋ ਕਿੰਨੀ ਜਲਦੀ ਤੁਸੀਂ ਉਹਨਾਂ ਤੱਕ ELD ਪਹੁੰਚਾ ਸਕਦੇ ਹਾਂ? ਹਮ 2 ਦਿਨ ਮੈਂ ਸ਼ਿਪ ਕਰ ਦੇਂਗੇ। All across US? All across the US. Anywhere in the US. Anywhere in the US. Like both wired or Bluetooth wali? हाँ जी, तो हम अभी we are the only company की हमारी दोनों है जी, Bluetooth वाली ELD भी है जो अभी काफी लोग यूज कर रहे हैं ऑलरेडी, AOBRD में चला रहे हैं या फिर ELD में चला रहे हैं, तो ये अपने आप ELD में कन्वर्ट हो जाएगी दिसंबर 15 की रात में अपने आप। सो दे डोंट हैव टू डू, उनको कुछ नहीं करना पड़ेगा? उनको कुछ नहीं करना पड़ेगा। हुँ। तो 16 तारीख को सुबह से वो ELD रहेगी। सो अपने आप जिन्हें को ऑलरेडी लगी हुई है वो ऑटोमेटिकली तुसी उस दे विच जड़े वो पिछो जड़े चेंजेस कर देने हैं। सो बहुत सारे जड़े तपन जी जड़े हुंदे उन्हां नूं इह सवाल हुंदा है या क्वेश्चन हुंदा है ਵੀ ਕਸਟਮਰ ਸਪੋਰਟ ਕਿੱਦਾਂ ਆ? ਸੋ ਤੁਹਾਡੀ 24/7 ਕਸਟਮਰ ਸਪੋਰਟ ਕਿੱਦਾਂ ਆ? ਹਾਂਜੀ, 24/7 ਸਪੋਰਟ ਹੈ ਜੀ। ਓਕੇ, ਸੋ ਹਿੰਦੀ ਪੰਜਾਬੀ ਇੰਗਲਿਸ਼? ਠੀਕ ਹੈ ਜੀ। ਸੋ ਓਕੇ, ਚਲੋ ਜੀ, ਬਹੁਤ ਜਿਹੜੀ ਚੰਗੀ ਗੱਲ ਆ। ਸੋ ਬਿਲਕੁਲ ਸਰੋਤਿਓ, ਜੇ ਤੁਸੀਂ ਵੀ ਕੁਛ ਜਿਹੜਾ ਇਹਨਾਂ ਨੂੰ ਪੁੱਛਣਾ ਚਾਹੁੰਦੇ ਹੋ ਜਾਂ ਤੁਸੀਂ ਕਾਲ ਕਰਕੇ ਕੋਈ ਕੁਸ਼ਚਨ ਜਿਹੜਾ ਇਹਨਾਂ ਨੂੰ ਕਰਨਾ ਵੀ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ। ਨੰਬਰ ਜਿਹੜਾ ਕਾਲ ਕਰਨ ਦੇ ਲਈ 4282752500, ਅਤੇ ਬਾਕੀ ਜੇ ਤੁਸੀਂ ਟਰੱਕਐਕਸ ਦੀ ਜਿਹੜੀ ELD ਜੇ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਇਸ ਦੇ ਬਾਰੇ ਤੁਹਾਨੂੰ ਕੋਈ ਸਵਾਲ ਹੈਗਾ, ਤੁਸੀਂ ਇਹਨਾਂ ਨੂੰ ਇਹਨਾਂ ਦੇ ਆਫਿਸ ਦੇ ਵਿੱਚ ਵੀ ਕਾਲ ਕਰ ਸਕਦੇ ਹੋ 6500600008 650-600-0008 ਇਸ ਨੰਬਰ ਦੇ ਉੱਤੇ ਜਿਹੜੀ ਇਹਨਾਂ ਨੂੰ ਤੁਸੀਂ ਕਾਲ ਜਿਹੜੀ ਉਹ ਕਰ ਸਕਦੇ ਹੋ। ਸੋ ਤਪਨ, ਇਹ ਦੱਸੋ ਵੀ ਕਿੱਦਾਂ ਦੇ ਤੁਹਾਨੂੰ ਹੁਣ ਤੱਕ ਜਿਹੜੇ ਲੋਕ ਤੁਹਾਡੇ ਡਰਾਈਵਰਸ ਜਾਂ ਜਿਹੜੀਆਂ ਕੰਪਨੀਜ਼ ਤੁਹਾਡੀ ELD ਨੂੰ ਯੂਜ਼ ਕਰ ਰਹੀਆਂ ਆ, ਕਿੱਦਾਂ ਦੇ ਉਹ ਤੁਹਾਨੂੰ ਕੁਸ਼ਚਨ ਸੁਣਨ ਨੂੰ ਮਿਲਦੇ ਆ, ਕਿੱਦਾਂ ਦੀਆਂ ਕੋਈ ਪ੍ਰੋਬਲਮਸ ਜਾਂ ਮੇਨ ਚੀਜ਼ ਜਿਹੜੀ ਕਿਹੜੀ ਚੀਜ਼ ਤੁਹਾਡੇ ਸਾਹਮਣੇ ਜਿਹੜੀ ਉਹ ਆ ਰਹੀ ਆ? ਤੋ ਡਿਫਰੈਂਸਿਸ ਪਤਾ ਹੋਣੇ ਚਾਹੀਏ AOBRD ਔਰ ELD ਮੇਂ। ਓਕੇ, ਤੋ ਇੱਕ ਸਭਸੇ ਬੜਾ ਡਿਫਰੈਂਸ ਹੈ ਕਿ ਆਪ ਪ੍ਰਿੰਟ ਕਰਕੇ ਦਿਖਾ ਨਹੀਂ ਸਕਤੇ ਹੈ ਆਫੀਸਰ ਕੋ, ਤੋ ਆਪਕੋ ਕਰਨਾ ਪੜੇਗਾ ਕਿ ਡੇਟਾ ਟ੍ਰਾਂਸਫਰ ਕਰਨਾ ਪੜਤਾ ਹੈ। ਠੀਕ ਹੈ, ਤੋ ਤੁਸੀਂ ਟ੍ਰੇਨਿੰਗ ਦਿੰਦੇ ਹੋ ਉਸ ਦੀ, ਇਸ ਚੀਜ਼ ਦੀ ਵੀ ਕਿੱਦਾਂ ਡੇਟਾ ਟ੍ਰਾਂਸਫਰ ਕਰਨਾ ਹੈ? ਹਾਂਜੀ, ਡੇਟਾ ਟ੍ਰਾਂਸਫਰ ਕਾ ਵੀ ਈਜ਼ੀ ਹੈ, ਆਪਕੋ DOT ਇੰਸਪੈਕਸ਼ਨ ਵਾਲੇ ਸੈਕਸ਼ਨ ਮੇਂ ਜਾਣਾ ਹੈ, ਔਰ ਵਹਾਂ ਪੇ ਇੱਕ ਬਟਨ ਆਏਗਾ ਡੇਟਾ ਟ੍ਰਾਂਸਫਰ। ਓਕੇ, ਵੋ ਆਪਨੇ ਦਬਾਈ ਤੋ ਆਫੀਸਰ ਆਪਣਾ ਕੋਡ ਡਾਲੇਗਾ ਔਰ ਇਸਕੇ ਸੀਧੇ ਕੰਪਿਊਟਰ ਮੇਂ ਸਾਰਾ ਲੌਗ ਚਲਾ ਜਾਏਗਾ। ਓਕੇ, ਜਿਹੜਾ ਤੁਸੀਂ ਕਹਿੰਦੇ ਹੋ ਵੀ ਉਹ ਸੈਕਸ਼ਨ ਤੇ ਜਾਣਾ, ਤੁਹਾਡੀ ਐਪ ਆ ਉਸ ਦੇ ਜ਼ਰੀਏ ਇਦਾਂ ਕਰਨਾ ਆ ਜਾਂ ਜਿਹੜੀ ਵਾਇਰਡ ਦੇ ਵਿੱਚ ਉੱਥੇ ਕਲਿੱਕ ਕਰਕੇ ਕਰਨਾ, ਕਿੱਦਾਂ ਕਰਨਾ ਹੈ? ਐਪ ਕੇ ਅੰਦਰ ਹੋਤਾ ਹੈ ਇੱਕ ਆਪਸ਼ਨ, ਔਰ ਅਗਰ ਆਫੀਸਰ ਅਗਰ ਆਪਕੋ ਕੰਪਿਊਟਰ ਸੇ ਭੇਜਣਾ ਹੈ ਤੋ ਕੰਪਿਊਟਰ ਮੇਂ ਵੀ ਆਪਸ਼ਨ ਹੋਤਾ ਹੈ। ਸੋ ਉਹ ਕੰਪਨੀ ਵਾਲੇ ਉਹ ਜਿਹੜਾ ਕੰਪਿਊਟਰ ਦੇ ਥਰੂ ਕਰਨਾ ਹੈ, ਕੰਪਨੀ ਵਾਲੇ ਫਰੋਮ ਦੀਅਰ ਆਫਿਸ ਉੱਥੋਂ ਕਰਨਗੇ ਜਾਂ ਐਟ ਔਨ ਦਾ ਟਰੱਕ ਇਹ ਸਾਰਾ ਕੁਝ ਕਰਨਾ ਹੈ? ਦੋਨੋਂ ਆਪਸ਼ਨ ਹੋਤੇ ਹੈ। ਅਗਰ ਸਕੇਲ ਮੇਂ ਰੋਕਾ ਆਪਕੋ ਤੋ ਆਪਕੋ 7 ਦਿਨ ਕੇ ਭੇਜਣੇ ਪੜਤੇ ਹੈ, ਤੋ ਆਪ ਆਪਣਾ ਮੋਬਾਈਲ ਐਪ ਓਪਨ ਕੀਜੀਏ, ਟੈਬਲੇਟ ਐਪਲੀਕੇਸ਼ਨ, ਠੀਕ ਹੈ, ਵਹਾਂ ਪੇ ਕਲਿੱਕ ਕੀਆ ਤੋ ਆਪਣੇ ਆਪ 8 ਦਿਨ ਕੇ ਲੌਗ ਜਾਏਂਗੇ। ਓਕੇ, ਠੀਕ ਹੈ। ਅਗਰ ਆਪ ਕੰਪਿਊਟਰ ਪੇ ਹੈ ਤੋ ਕੰਪਿਊਟਰ ਮੇਂ ਆਪ ਚੂਜ਼ ਕਰ ਸਕਤੇ ਹੈ ਆਪਕੋ ਕਿਤਨੇ ਦਿਨ ਕੇ ਭੇਜਣੇ ਹੈ। ਓਕੇ, ਵੀ ਕਿੰਨੇ ਦਿਨ ਦੀ ਜਿਹੜੀ ਇਹ ਚੀਜ਼ ਜਿਹੜੀ ਉਹ ਚਾਹੀਦੀ ਹੈਗੀ ਆ। ਸੋ ਬਿਲਕੁਲ ਸਰੋਤਿਓ, ਵੀ ਜੇ ਤੁਸੀਂ ਵੀ ਇਹਨਾਂ ਦੀ ਟਰੱਕਐਕਸ ELD ਜੇ ਤੁਸੀਂ ਬਾਏ ਕਰਨਾ ਚਾਹੁੰਦੇ ਆ ਤਾਂ ਉਸ ਦੇ ਬਾਰੇ ਜ਼ਰੂਰ ਜਿਹੜਾ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਆ। ਤਾਂ ਇਹ ਜ਼ਰੂਰ ਦੱਸੋ ਵੀ ਬਹੁਤ ਸਾਰੇ ਅਜੇ ਵੀ ਡਰਾਈਵਰਸ ਜਾਂ ਟਰੱਕਰਸ ਇਹ ਸੋਚ ਰਹੇ ਆ ਵੀ ਸ਼ਾਇਦ ਜਿਹੜੀ 16th ਨੂੰ ਜਿਹੜੀ ELD ਲੱਗਣ ਜਾ ਰਹੀ ਆ ਉਹ ਆਈਦਰ ਪੋਸਟਪੋਨ ਹੋ ਗਈ ਆ ਜਾਂ ਕੈਂਸਲ ਹੋ ਗਈ ਆ, ਕੁਛ ਇੱਦਾਂ ਦੀ ਗੱਲ ਹੈ ਜਾਂ ਕੁਛ ਨਹੀਂ ਹੈ ਇੱਦਾਂ ਦਾ? ਨਹੀਂ, ਇਨਫੈਕਟ ਸਟੇਟਮੈਂਟ ਆਇਆ ਹੈ FMCSA ਕਾ ਆਫੀਸ਼ੀਅਲ ਸਟੇਟਮੈਂਟ ਕਿ ਕੋਈ ਡੀਲ ਹੀ ਨਹੀਂ ਹੈ, ਇਨਫੋਰਸਮੈਂਟ ਕਾ ਜੋ ਡੇਟ ਹੈ ਵੋ ਕੰਟੀਨਿਊ ਰਹੇਗਾ। ਤੋ ਅਗਰ ਸੋ 15 ਦਸੰਬਰ ਇਜ਼ ਦ ਲਾਸਟ ਡੇਟ AOBRD ਕਾ, ਪਰ 16 ਤਾਰੀਖ ਸੇ
आपको ईएलडी में चलानी है। सो अगर स्केल में रोका है आपको ऑफिसर ने, आपको डेटा भेजते आना चाहिए उनके कंप्यूटर में। सो बहुत बारी जिहड़े अपने जिहड़े ड्राइवर्स आ इस गल तों थोड़ा पिछे रह जांदे आ कि जदों भी कितें ड्राइवर नूं इस तरीके दे नाल रोकिया गया होवे ते कि उह उसे टाइम कस्टमर सपोर्ट दे नाल गल करके उहनां दी मदद जिहड़ी कर सकदा आ। ਤੁਸੀਂ ਤਾਂ ਮਦਦ ਕਰੋਗੇ ਪਰ ਕੀ ਇਹ ਇਹ ਤਾਂ ਨਹੀਂ ਹੈਗਾ ਵੀ ਇਹਦੇ ਕਰਕੇ ਵੀ ਉਸਨੂੰ ਪਤਾ ਨਹੀਂ ਆ ਵੀ ਕਿੱਦਾਂ ਡਾਟਾ ਟ੍ਰਾਂਸਫਰ ਕਰਨਾ, ਕਿਤੇ ਇਹਦੇ ਕਰਕੇ ਉਹਨੂੰ ਟਿਕਟ ਤਾਂ ਨਹੀਂ ਮਿਲ ਸਕਦੀ? ਅਗਰ ਡਰਾਈਵਰ ਕੋ ਕੁਛ ਪਤਾ ਨਹੀਂ ਹੈ ਕੈਸੇ ਕਰਨਾ ਹੈ ਤੋ ਟਿਕਟ ਮਿਲ ਸਕਦੀ ਹੈ। ਡਰਾਈਵਰ ਕੋ ਪਤਾ ਹੋਣਾ ਚਾਹੀਏ ਕਿ ਹਮੇ ਕੈਸੇ ਭੇਜਣਾ ਹੈ। ਅੱਛਾ, ਇਹ ਇਹ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ, ਆਪਕੋ ਪਤਾ ਹੋਣਾ ਚਾਹੀਏ। ਆਪ ਇੱਕ ਵਾਰ ਆਪਣਾ ਫੋਨ ਜਾਂ ਟੈਬਲੇਟ ਆਪ ਜੋ ਯੂਜ਼ ਕਰ ਰਹੇ ਹੈ, ਆਪ ਜੋ ਵੀ ਲੋਗ ਬੁੱਕ ਯੂਜ਼ ਕਰ ਰਹੇ ਹੈ, ਟਰੱਕ ਯੂਜ਼ ਕਰ ਰਹੇ ਹੈ ਜਾਂ ਟਰੱਕX ਵਾਲੀ ਜਾਂ ਕੋਈ ਔਰ, ਆਪ ਇੱਕ ਵਾਰ ਪਤਾ ਕਰ ਲਏ ਕਿ ਆਪਕੇ ਲੋਗ ਬੁੱਕ ਮੇ ਆਪ ਕੈਸੇ ਭੇਜ ਸਕਦੇ ਹੈਂ। ਓਕੇ, ਇਹ ਬਹੁਤ ਜ਼ਰੂਰੀ ਹੈਗਾ ਵੀ ਜਿਹੜਾ ਜੇ ਕਿਸੇ ਨੂੰ ਪੁੱਛਣਾ ਹੈ। ਸੋ ਆਪਣੇ ਨਾਲ ਕਾਲਰ ਵੀ ਜੁੜੇ ਨੇ, ਉਹ ਤੁਹਾਨੂੰ ਕੁਐਸਚਨ ਵੀ ਪੁੱਛਣਾ ਚਾਹੁੰਦੇ ਨੇ। ਹਾਂਜੀ ਤੇਗ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰੇ ਦੋ ਕੁਐਸਚਨ ਨੇ ਜੀ। ਇੱਕ ਕੁਐਸਚਨ ਇਹ ਆ ਵੀ ਜਿੱਦਾਂ ਇਹ ਆਪਣੀ ਲੱਗ ਜਾਣੀ ਆ ਜੇ ਇਹ ਵੀ ਆਪਾਂ ਸੌਣਾ ਕਿੰਨੇ ਘੰਟੇ ਆ, ਅੱਗੇ 10 ਘੰਟੇ ਆ ਨਾ, ਨਾਲੇ ਤਾਂ ਹੁਣ ਕਿਤੇ ਸੀ ਨਾ 7 ਘੰਟੇ ਸੌਂ ਕੇ ਤੇ 3 ਘੰਟੇ ਬਾਅਦ ਸੌਂ ਸਕਦੇ ਆ। ਇਹ ਆਵਰਸ ਆਫ ਸਰਵਿਸ ਦਾ ਜਿਹੜਾ ਤੁਸੀਂ ਕੁਐਸਚਨ ਆ ਨਾ, ਇਹ ਕੱਲ ਨੂੰ ਕਰਿਓ। ਉਹਦੇ ਵਿੱਚ ਜਿਹੜੇ ਆਪਾਂ ਨੂੰ ਵੀ ਕਿੱਦਾਂ ਤੁਸੀਂ ਕਰਨਾ ਹੈ, ਕੱਲ ਨੂੰ ਜਿਹੜਾ 9 to 10 ਦੇ ਪ੍ਰੋਗਰਾਮ ਆ, ਉਸ ਦੇ ਵਿੱਚ ਤੁਸੀਂ ਆਵਰ ਆਫ ਸਰਵਿਸ ਦਾ ਜਿਹੜਾ ਕੁਐਸਚਨ ਕਰਿਓ, ਉਦੋਂ ਆਪਣੇ ਨਾਲ ਰਮਨ ਜੀ ਜਿਹੜੇ ਹੋਣਗੇ। ਜੇ ਤੁਹਾਨੂੰ ਅੱਜ ਈਐਲਡੀ ਦੇ ਬਾਰੇ ਕੋਈ ਕੁਐਸਚਨ ਹੈਗਾ ਤੇ ਉਹ ਤੁਸੀਂ ਕਰ ਸਕਦੇ ਹੋ। ਤੇ ਇੱਕ ਕੁਐਸਚਨ ਹੋਰ ਸੀਗਾ, ਜਿਹੜੇ ਟਰੱਕ ਪੁਰਾਣੇ ਟਰੱਕ ਆ ਜੀ, ਜਿਹੜੇ 1999 ਦੇ ਆ ਜਾਂ 1995 ਦੇ ਆ, ਉਹਨਾਂ ਨੂੰ ਈਐਲਡੀ ਨਹੀਂ ਲੱਗਦੀ, ਰਾਈਟ? ਨਹੀਂ ਜੀ, ਉਹਨਾਂ ਦੀ ਈਐਲਡੀ ਕੀ ਜ਼ਰੂਰਤ ਨਹੀਂ ਜੀ। ਤੇ ਕਈ ਲੋਕਾਂ ਨੇ ਉਹਦੀ ਜਾਣੀ ਕਿ ਨਵੇਂ ਟਰੱਕਾਂ ਦੀਆਂ ਮੋਟਰਾਂ ਕੱਢ ਕੇ ਉਹ ਮੋਟਰਾਂ ਰੱਖ ਲਈਆਂ, ਪੁਰਾਣੀਆਂ ਰੱਖ ਲਈਆਂ, ਉਹਦੇ ਬਾਰੇ ਤੁਸੀਂ ਦੱਸ ਸਕਦੇ ਆ मोटर का जो चैसी का जो नंबर होता है उसका मैन्युफैक्चरिंग डेट देखते हैं। तो आपकी मोटर में जो मैन्युफैक्चरिंग डेट है, आपका ट्रक का नहीं, आपकी मोटर का, वो यूज होता है इंजन का। इंजन का, ठीक है। सो जे ओ 1999 तो पुराना है तो फिर ओदे ते ईएलडी जेडी ओ नहीं लगदी। 99 या फिर पुराना, जा पुराना 99 और उत्तों जेड़ा पुराना है। और जो पहला क्वेश्चन था उनका क्विकली ऑन एचओएस, एचओएस वो अभी तक पास नहीं हुआ है जी, ये सिर्फ प्रपोजल है और उस पे कोई डेट नहीं है अभी की। 7+3 का आप जो पूछ रहे थे उस पे कोई डेट नहीं आई है, कभी अप्रूव होगा। ओदा ये प्रपोज जेड़ा है वो ऑलरेडी हो चुका होया है, पर इस नु लागू होण दे विच अजे टाइम हैगा। जिद्दन ओ कहणगे भी हां जी ओके लागू आ, ਉਸ ਦਿਨ ਤੁਸੀਂ ਆਪਣੀ ਬੇਸਿਕਲੀ ਜਿਹੜੀ ਸਲੀਪ ਉਸਨੂੰ ਸਪਲਿਟ ਕਰ ਸਕਦੇ ਹਾਂ। ਹਾਲ ਦੀ ਘੜੀ ਜਿਹੜਾ ਆ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਆ ਉਸੇ ਤਰੀਕੇ ਦੇ ਨਾਲ ਚੱਲੂਗਾ। ਅਭੀ 8+2 ਕਾ ਸਪਲਿਟ ਹੋਤਾ ਹੈ। 8+2 ਦਾ ਹੈ। ਚਲੋ ਠੀਕ ਹੈ ਜੀ, ਥੈਂਕ ਯੂ ਤੇਗ ਜੀ ਤੁਹਾਡੇ ਜਿਹੜੇ ਆ ਕੁਐਸਚਨ ਦੇ ਲਈ। ਸੋ ਜ਼ਰੂਰ ਜਿਹੜੇ ਤਪਨ ਜੀ ਆਪਾਂ ਨੂੰ ਜਿਹੜੇ ਜ਼ਰੂਰ ਦੱਸੋ, ਇਸ ਤੋਂ ਪਹਿਲਾਂ ਕਾਫੀ ਵਾਰੀ ਜਿਹੜਾ ਸੁਣਨ ਨੂੰ ਮਿਲਿਆ ਵੀ ਕੀ ਜਿਹੜੀ ਇਹ ਬਲੂਟੁੱਥ ਦੇ ਨਾਲ ਜਾਂ ਟੈਬਲੇਟ ਵਾਲੀ ਜਾਂ ਇਸ ਤਰੀਕੇ ਦੇ ਨਾਲ ਜਿਹੜੀ ਈਐਲਡੀ ਆ, ਕੀ ਇਹ ਜਿਹੜੀ 16th ਤੋਂ ਇਹ ਰਹੂਗੀ ਜਾਂ ਵਾਇਰਡ ਵਾਲੀ ਹੀ ਲਾਉਣੀ ਪਊਗੀ? ਇਸ ਨੂੰ ਲੈ ਕੇ ਵੀ ਕਾਫੀ ਸਵਾਲ ਨੇ। ਬਿਲਕੁਲ ਜੀ, ਸੋ ਵਾਇਰਡ ਲਗਾਉਣਾ ਕੋਈ ਜ਼ਰੂਰੀ ਨਹੀਂ ਹੈ ਆਪਕੋ, ਹਾਲ ਦੀ ਘੜੀ ਜ਼ਰੂਰੀ। ਬਲੂਟੁੱਥ ਈਐਲਡੀ ਆਪਕੀ ਚੱਲਣੀ ਚਾਹੀਏ, ਮੇਕ ਸ਼ੋਰ ਕਿ ਜੋ ਵੀ ਆਪ ਯੂਜ਼ ਕਰ ਰਹੇ ਬਲੂਟੁੱਥ ਈਐਲਡੀ ਉਹ ਲਿਸਟਡ ਹੈ FMCSA ਕੀ। ਓਕੇ ਓਕੇ, ਪ੍ਰੋਵਾਈਡਰ ਲਿਸਟ ਮੇ ਹੈ और वो आप डेटा भेज सकते हैं, डेटा ट्रांसफर कर सकते हैं, ये सबसे मेजर चीज है। ओके, सो ये मेन जी चीज है भी तुम एक तो यूज करनी आनी चाहिए तो ऑथराइज्ड हो FMCSA कितने जाके पता कर सकता है भी जी ईएलडी यूज कर रहे हैं या AOBRD जिन्हें ELD बन जाना है भी वह कितों जाके जी यूज चेक कर सकते भी कितने। अगर आप गूगल सर्च करेंगे FMCSA ELD सर्टिफाइड लिस्ट तो आपको एक लिंक आएगी, उसमें सारे कंपनीज के नाम सारे कंपनीज ਦੇ ਨਾਲ। ਇਹ ਹਾਲ ਦੀ ਕੜੀ ਤਾਂ ਪੰਜੀ ਅਜੇ ਵੀ ਸਾਰੀਆਂ ਸੈਲਫ ਸਰਟੀਫਾਈਡ ਹੈ ਕੰਪਨੀਆਂ ਹੈ? ਹਾਂਜੀ, ਅਭੀ ਵੀ ਸੈਲਫ ਸਰਟੀਫਾਈਡ ਹੈ। ਤੋ ਕਾਫੀ ਸਾਰੀ ਜੋ ਨਈ ਨਈ ਕੰਪਨੀਜ਼ ਆਈ ਹੈ ਉਨਕਾ ਕੋਈ ਭਰੋਸਾ ਨਹੀਂ ਹੈ ਕਿ ਉਹ ਚਲੇਗੀ ਜਾਂ ਨਹੀਂ, ਸੈਲਫ ਸਰਟੀਫਾਈ ਹੋ ਜਾਤਾ ਹੈ ਔਰ ਚੈੱਕ ਕਰਨੇ ਵਾਲਾ ਕੋਈ ਨਹੀਂ ਹੋਤਾ ਜਬ ਤੱਕ ਆਫਿਸਰ ਆਪਕੋ ਰੋਕ ਕੇ ਆਪਕਾ ਡੇਟਾ ਨਹੀਂ ਦਿੱਤਾ। ਜਿੱਦਾਂ ਤੁਸੀਂ ਦੱਸਿਆ ਵੀ ਤੁਹਾਡੀ ਜਿਹੜੀ AOBRD ਆ ਉਹ ਆਟੋਮੈਟਿਕਲੀ ELD ਦੇ ਵਿੱਚ ਕਨਵਰਟ ਜਿਹੜੀ ਹੋ ਜਾਣੀ ਆ। ਬਹੁਤ ਸਾਰੇ ਇੱਦਾਂ ਦੀਆਂ ਵੀ ਜਿਹੜੇ ਕਈ ਟਰੱਕਰਸ ਨੇ ELD ਜਿਹੜੀਆਂ ਲਗਾਈਆਂ ਹੋਣਗੀਆਂ ਜਿਹਦੇ ਬਾਰੇ ਉਹਨਾਂ ਨੂੰ ਪਤਾ ਨਹੀਂ, ਕਨਫਰਮ ਨਹੀਂ ਆ ਵੀ ਉਹ AOBRD ਵਾਲੇ ਜਿਹੜੇ ਉਹ ELD ਦੇ ਵਿੱਚ ਕਨਵਰਟ ਹੋ ਜੂਗੀਆਂ ਜਾਂ ਨਹੀਂ ਹੋਣਗੀਆਂ, ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਹੋ, ਉਹਨਾਂ ਨੂੰ ਕੀ ਟਿਪ ਦੇਣਾ ਚਾਹੁੰਦੇ ਹੋ? ਪਹਿਲੇ ਤਾਂ ਆਪ ਦੇਖੀਏ ਕਿ ਇਹ ਵੈਂਡਰ ਸਰਟੀਫਾਈਡ ਹੈ ਜਾਂ ਨਹੀਂ, ਉਹਨਾਂ ਕੋਈ ELD ਭੇਜ ਕਿਸੀ ELD ਕੰਪਨੀ ਚਲਾਤੇ ਹੈ ਨਹੀਂ, ਕੋਈ ਕੰਪਨੀ ਹੈ ਜੋ ELD ਚਲਾ ਰਹੀ ਹੈ ਉਨਕੀ ਓਕੇ ਜਾਂ ਨਹੀਂ। ਸੋ ਜੈਸੇ ਹਮਾਰੇ ਕਾਫੀ ਸਾਰੇ ਤੋਂ AOBRD ਪੇ ਬਟ ਦੇਰ ਆਰ
बहुत सारे लोग हैं जिन्होंने ऑलरेडी ईएलडी में कन्वर्ट करा ली है, ठीक है, उन्होंने उनका डेटा ट्रांसफर भी किया है, ऑडिट भी हो चुका है ऑन ईएलडी, ठीक है, तो हम अभी 3 साल से कर रहे हैं तो रेपुटेशन है, ठीक है। और मेन चीज़ उनको देखने के लिए, अगर आप आपकी लॉग बुक ओपन करेंगे तो आपको देखना है आपको डेटा ट्रांसफर का बटन आ रहा है या नहीं, डेटा ट्रांसफर, ओके, सो प्रिंट या ईमेल नहीं, डेटा ट्रांसफर का बटन होना चाहिए, वो इंस्टेंटली जो ऑफिसर है उसके पास कंप्यूटर में जाने के लिए भी, उससे वाले जो कंप्यूटर के विच चला जाए, मेक श्योर करो भी जी भी EOBRD या ELD यूज कर रहे हैं, एक तो मेक श्योर करो भी सर्टिफाइड जी हैगी सर्टिफाइड होने के नाल डेटा ट्रांसफर वाला जो बटन है उस दे विच वह आना चाहिए, अदरवाइज तुहानू जिहड़ी वो प्रॉब्लम हो आ सकती है। अपने नाल अगले कॉलर उन्हां नाल गल करते हैं, ओंकार सिंह जी, सति श्रीकाल जी। सति श्रीकाल जी। सति श्रीकाल जी। मैं ट्रक एक्स दी लॉग बुक यूज कर रहा जी, काफी देर तो आ रही है, लाइक बहुत वधिया है जी, मैं अजे तुसीं 8+2 कहा जी, इहदा की मतलब है जी, मैनूं समझ नहीं आई, 8+ आपां 8 घंटे बाद ड्राइव कर सकते हैं, तो 8+2 का जो स्प्लिट है ये HOS का रूल है, रेगुलेशन, ओके, तो इसमें आप 8 घंटे ड्राइव करने के बाद में आपकी जो 14 आवर की क्लॉक होती है वो फ्रीज हो जाती है, तो अगर आपके 3 घंटे ड्राइविंग बाकी है। हेलो, हाँ जी, हाँ जी, ठीक है, मैं समझा कि शायद आप होते भी 8 घंटे स्लीप तो बाद हम ड्राइव शुरू कर सकते हैं, शुरू कर सकते हैं, पर पूरी नहीं मिलती आपको ड्राइव, जितने आपके घंटे बचे थे 8 घंटे के पहले, स्लीप के पहले, उतने ही मिलेंगे आपको, जिन्हें रह गए सीगे, जिन्हें बकाया है बस उतना ही, उस तो बाद 8 घंटे बाद जेड़ा तुसी चला सकते हैं, ठीक है, थैंक यू जी, थैंक यू जी। सो बिल्कुल, ते जे तुहाडे जिद्दां ए आवर ऑफ सर्विस या दूजे कोई सवाल हैगे आ तुसी ओह भी कल नूं साडा जेड़ा विशेष ट्रकिंग दा जेड़ा प्रोग्राम होना है उस दे विच भी ਤੁਸੀਂ ਕਾਲ ਕਰਕੇ ਜਿਹੜਾ ਉਹ ਤੁਸੀਂ ਦੱਸ ਸਕਦੇ ਆ। ਇਹ ਵੀ ਜਿਹੜਾ ਜ਼ਰੂਰ ਦੱਸੋ ਤਪਨ, ਕਿਹਨੂੰ ਬਲੂਟੁੱਥ ਵਾਲੀ ਜਿਹੜੀ ਲਗਾਉਣੀ ਚਾਹੀਦੀ ਹੈ ਅਤੇ ਕਿਹਨੂੰ ਵਾਇਰਡ ਵਾਲੀ ਜਿਹੜੀ ਲਾਉਣੀ ਚਾਹੀਦੀ ਆ, ਕੌਣ ਕਿਸ ਚੀਜ਼ ਨੂੰ ਜਿਹੜਾ ਉਹ ਪ੍ਰੈਫਰੈਂਸ ਦੇਵੇ? ਸੋ ਹਮਨੇ ਜੋ ਦੇਖਾ ਹੈ ਜ਼ਿਆਦਾਤਰ ਪ੍ਰੈਫਰੈਂਸ ਹੈ ਓਨਰ ਆਪਰੇਟਰ ਹੈ, ਓਨਰ ਆਪਰੇਟਰ ਬਲੂਟੁੱਥ ਵਾਲੀ ਲਗਾਤੇ ਹੈ, ਓਕੇ, ਕਿ ਉਹ ਖੁਦ ਆਪਣਾ ਟਰੱਕ ਚਲਾ ਰਹੇ ਹੈ, ਆਪਣੀ ਖੁਦ ਕੀ ਕੰਪਨੀ ਹੈ, ਤੋ ਉਹ ਜ਼ਿਆਦਾ ਅਟੈਂਸ਼ਨ ਪੇ ਕਰ ਸਕਤੇ ਹੈਂ, ਅਗਰ ਕੁਛ ਹੁਆ ਪ੍ਰੋਬਲਮ ਸੋ ਧਿਆਨ ਰੱਖਤੇ ਹੈਂ, ਠੀਕ ਹੈ। कंपनी ड्राइवर जो होते हैं जिनकी बड़ी कंपनी है जी, उनको ब्लूटूथ का हेडेक कम चाहिए, तो फिर वो सोच रहे हैं कि हम लोग क्यों ना वायर वाली लगा लें, ओके, ताकि ब्लूटूथ के डिस्कनेक्शन का कोई प्रॉब्लम आई ना उन्हें, ओके, सो ऑलवेज हमेशा जड़ा हो जड़ा कनेक्ट, हाँ जी, टैबलेट लेना पड़ता है, एक्सपेंसिव होता है टैबलेट, उसमें डेटा कनेक्शन आता है, ओके, तो एक्सपेंसेस बढ़ते हैं, सो फॉर बिगर कंपनी इट मेक्स मोर सेंस कि वो रिलायबली लगा ले, ओके। तो पर यह भी कई बार भी जिदा होंगे जिदा हम आप डाटा ट्रांसफर की गल की कि जो डाटा ट्रांसफर करना है कि फोन जो ऑफिसर आ कि फोन उन्हों तो लै सकता है ट्रकर तो कि नहीं लै सकता? फोन ऑफिसर मांग सकता है दिखाने के लिए, ओके, पर आप दिखाएंगे उनको ऑफिसर को, देखिए हमारी ELD चल रही है, ओके, पर ऑफिसर को मेन चीज है कि उनको डेटा ट्रांसफर करनी है, ओके, तो आप जब बटन दबाएंगे डेटा ट्रांसफर, वो ब्लूटूथ के जरिए वो डाटा ट्रांसफर है? ब्लूटूथ तो सिर्फ कनेक्शन के लिए होता है, के लिए है, पर डेटा ट्रांसफर होता है इंटरनेट से, ओके, तो आपकी इंटरनेट सर्विस होनी चाहिए उस टाइम पे तो अगर आप टैबलेट लो या फिर फोन लो या जो भी लेंगे, पर आपकी इंटरनेट सर्विस होनी चाहिए, ओके, अगर वो नहीं चलता है इंटरनेट सर्विस तो कंप्लायंस रिक्वायरमेंट में ये भी है कि आप ऑफिसर को दिखा सकते हैं, ओके, तो अगर आपका मीडियम कम्युनिकेशन नहीं चल रहा है भेज ही नहीं सकते हैं, ओके, सो इंटरनेट के जरिए वो कोड देगा, हाँ, वो आप एंटर करेंगे फिर डाटा ट्रांसफर होगा, हाँ जी, ऑफिसर अपना बैज नंबर दे देते हैं, ओके, ताकि जब डेटा ट्रांसफर हो उनके कंप्यूटर में, जो मेरा क्वेश्चन नेक्स्ट ये है भी जो ऑफिसर्स हैं उन्हां दे कोल की ऑल अक्रॉस US सेम कंप्लायंट सॉफ्टवेयर हैगा जिदे जरिए वो डाटा ट्रांसफर करदे हैं या हर एक स्टेट दे विच वखो वखरा है? नहीं, पूरे US में एक सेम है, सेम है, पूरे पूरे जिन्ने भी हाईवे पेट्रोल वाले या सारे दे कोल सेम है, उनके सिस्टम का नाम होता है ईरॉड्स, ओके, ईरॉड सिस्टम, ओके, तो ईरॉड सिस्टम का हमें भी एक्सेस होता है जितने हम लॉग भेजते हैं, ओके, तो वो ऑफिसर कैसे देखते हैं लॉग वो हमें भी पता चलता है कैसे देख सकते हैं, ओके, सो वो सबका एक ही सिस्टम होता है, ईरॉड्स है तो वो आप कंप्लायंट है उनके साथ जो डाटा ट्रांसफर हो सकता है, ठीक है। सो बिल्कुल, जे तुसी भी कोई जे सवाल पूछना चाहते हो तो जरा तुसी कॉल कर सकते हो नंबर 4082725200। अभी जी जुड़े ने अपने नाल, सत श्री अकाल जी, स्वागत है अभी जी। हाँ जी, सत श्री अकाल भाजी। सत श्री अकाल जी, तपन जी, नमस्कार तुहानू अभी जी, ते
ਮੇਰਾ ਤੁਹਾਨੂੰ ਕੁਐਸਚਨ ਇਹ ਸੀਗਾ, ਰਿਕੁਐਸਟ ਵੀ ਹੈਗੀ ਕਿ ਜਿਹੜੀ ਸਾਡੀ ਲੋਕੇਸ਼ਨ ਆ ਨਾ, ਆਪਾਂ ਮੈਂ ਵੀ ਟਰੱਕ ਯੂਜ ਕਰਦੇ ਹਾਂ, ਕਈ ਦਫ਼ਾ ਸਾਨੂੰ ਲੋਕੇਸ਼ਨ ਦਾ ਸਾਨੂੰ ਇਸ਼ੂ ਜਿਹੜਾ ਉਹ ਅਰਾਈਜ਼ ਹੁੰਦਾ ਹੈ, ਕਿਉਂਕਿ ਸਿਟੀ ਕੋਈ ਹੋਰ ਹੁੰਦਾ ਆ ਅਤੇ ਸਾਨੂੰ ਕੋਈ ਸ਼ੋਅ ਕੋਈ ਹੋਰ ਕਰਨਾ ਪੈਂਦਾ, ਉਹਦੇ ਸਾਨੂੰ ਮਜਬੂਰ ਹੋ ਕੇ ਫਿਰ ਉਹਦੇ ਵਿੱਚ ਸਾਨੂੰ ਚੇਂਜ ਕਰਨੀ ਪੈਂਦੀ, ਪਰ ਸਾਨੂੰ ਕਮੈਂਟਸ ਵੀ ਪਾਉਣੇ ਪੈਂਦੇ ਆ, ਉਹ ਜਾ ਕੇ ਵਾਰ ਵਾਰ ਅਸੀਂ ਕਮੈਂਟਸ ਪਾਉਂਦੇ ਚੇਂਜ ਕਰਦੇ ਹਾਂ, ਸਾਨੂੰ ਥੋੜੀ ਡੋਟ ਕੋਲ ਜੇ ਅਗਲਾ ਆਫਿਸਰ ਵੀ ਡੋਟ ਕੋਲ ਸਮਝਦਾ ਵੀ ਆਹ ਜਿਹੜੇ ਲਾਗ ਬੁੱਕ ਆ ਚੇਂਜ ਕਰ ਰਿਹਾ ਵਾਰ ਵਾਰ ਜਾਂ ਲੋਕੇਸ਼ਨ ਚੇਂਜ ਕਰ ਰਿਹਾ। ਮੈਂ ਚਾਹੁੰਦਾ ਕੋਈ ਤੁਸੀਂ ਇੱਦਾਂ ਦੀ ਕੋਈ ਮਤਲਬ ਮੈਨੂੰ ਜਾਂ ਕੋਈ ਲੌਂਗ ਇਸ਼ੂਡ ਐਂਡ ਲੈਟੀਟਿਊਡ ਜਿੱਦਾਂ ਹੁੰਦਾ ਐਗਜੈਕਟ ਕੁਐਸਚਨ ਆ ਜਾਂਦੀ ਹੈ, ਜਾਂ ਕੋਈ ਡਿਵਾਈਸ ਤੁਸੀਂ ਨਾਲ ਇੱਦਾਂ ਦੀ ਇਜਾਦ ਕਰੋ ਜਾਂ ਕੋਈ ਬਣਾਓ ਜਿਹੜੀ ਸਾਨੂੰ ਨਾ GPS ਨਾਲ ਕਨੈਕਟਡ ਹੋਵੇ, ਸਮਥਿੰਗ ਵੀ ਜਿਹੜੀ ਲੋਕੇਸ਼ਨ ਦੀ ਐਕੂਰੇਸੀ ਹੈ ਨਾ ਉਹ ਥੋੜੀ ਲੋਕੇਸ਼ਨ ਮੇ ਹੋਤਾ ਕੈਸੇ ਹੈ ਕਿ ਉਹ ਸਿਟੀ ਕਾ ਨਾਮ ਆ ਜਾਤਾ ਹੈ, ਲੈਟੀਟਿਊਡ ਲੌਂਜੀਟਿਊਡ ਲੇਤੇ ਹੈ ਤੋ, ਔਰ ਸਿਟੀ ਕਭੀ ਕਭਾਰ ਅਲੱਗ ਦਿਖਾ ਦੇਤੇ ਹੈ, ਤੋ ਜੋ ELD ਆਏਗੀ ਤੋ ਹਮਾਰਾ ਉਸਮੇ ਇੱਕ ਅਪਡੇਟ ਡਾਲਨੇ ਵਾਲੇ ਹਮ, ਤੋ ਰਾਦਰ ਦੈਨ ਸ਼ੋਇੰਗ ਕਿ ਸਿਟੀ ਔਰ ਸਟੇਟ ਕਾ ਨਾਮ, ਸਿਟੀ ਕੇ ਨਾਮ ਕੇ ਜਗ੍ਹਾ ਉਹ ਦਿਖਾਏਗਾ ਕਿ 100 ਮੀਟਰ ਫਰੋਮ ਦਿਸ ਹਾਈਵੇ ਔਰ ਐਸੇ ਹਾਈਵੇ ਕੇ ਨਾਮ ਆ ਜਾਏਂਗੇ। So you guys are working on it, so ਜਿਨ੍ਹਾਂ ਦੇ ਕੋਲ ਆਲਰੇਡੀ ਲੱਗੀ ਉਹਨਾਂ ਨੂੰ ਕੁਛ ਕਰਨਾ ਪਊਗਾ ਜਾਂ ਆਟੋਮੈਟਿਕਲੀ ਉਹਨਾਂ ਨੇ ਫੋਨ ਦੇ ਨੈਟਵਰਕ ਦੇ ਜ਼ਰੀਏ ਇਸ ਨੂੰ ਅਪਡੇਟ ਕਰਨਾ ਹੈ, ਐਪ ਦੇ ਵਿੱਚ ਇਦਾਂ ਹੋਣਾ ਹੈ ਜਾਂ ਕਿੱਦਾਂ ਹੋਣਾ ਹੈ? ਅਪਡੇਟ ਹਮਾਰੀ ਐਪ ਆਪਣੇ ਆਪ ਹੋ ਜਾਤੀ ਹੈ, ਜੋ ਫੋਨ ਪੇ ਐਪ ਚਲਤੀ ਹੈ, ਟੈਬਲੇਟ ਪੇ ਐਪ ਚਲਤੀ ਹੈ, ਵਹੀ ਆਪਕੋ ਅਪਡੇਟ ਕਰਨੀ ਪੜੇਗੀ। ਜਿਹੜੀ ਵਾਇਰਡ ਵਾਲੀ ਵੀ ਹੈ ਤੁਹਾਡੀ, ਉਹਦੇ ਵਿੱਚ GPS ਲੱਗਾ ਹੈ ਕਿ ਉਹ ਵੀ ਤੁਹਾਡੇ ਫੋਨ ਦਾ GPS ਯੂਜ਼ ਕਰਦਾ ਹੈ? ਨਹੀਂ, ਵਾਇਰਡ ਵਾਲੀ ਹੈ, ਉਸਮੇ ਖੁਦ ਕਾ ਇੰਟਰਨੈਟ ਹੋਤਾ ਹੈ, ਉਸਮੇ ਖੁਦ ਕਾ GPS ਹੈ, ਸਭੀ ਕੁਛ ਹੈ, ਸਾਰਾ ਕੁਛ ਉਸਦੇ ਵਿੱਚ। ਇਸਮੇ ਵੀ ਡਿਵਾਈਸ ਕੇ ਅੰਦਰ ਯੇ ਵਾਲੀ ਜੋ ਹੈ, ਇਸਮੇ ਵੀ GPS ਹੋਤਾ ਹੈ। ਓਕੇ, ਠੀਕ ਹੈ। ਔਰ ਤੋ ਹਮ ਇਸਮੇ ਸੇ GPS ਯੂਜ਼ ਕਰਤੇ ਹੈ, ਪਰ ਇੰਟਰਨੈਟ ਜੋ ਹੋਤਾ ਹੈ ਫਿਰ ਆਪਕਾ ਟੈਬਲੇਟ ਪੇ ਯੂਜ਼ ਕਰਤੇ ਹੈ ਯਾ ਫਿਰ ਆਪਕੇ ਫੋਨ ਪੇ ਯੂਜ਼ ਕਰਤੇ ਹੈ। ਵਾਇਰ ਵਾਲੀ ELD ਮੇ ਹਮ ਖੁਦ ਹੀ ਇੰਟਰਨੈਟ ਸਰਵਿਸ ਸਭੀ ਕੁਛ ਸਾਥ ਮੇ ਹੀ ਦੇਤੇ ਹੈ। ਅੱਛਾ, ਤੁਸੀਂ ਇੰਟਰਨੈਟ ਸਰਵਿਸ ਵੀ ਜਿਹੜੀ ਉਸਦੇ ਵਿੱਚ ਪ੍ਰੋਵਾਈਡ ਕਰਦੇ ਹੋ? ਹਾਂ, ਸਭੀ ਕੁਛ ਹੋਤਾ ਹੈ ਜੀ, ਸੈਟੇਲਾਈਟ ਸੇ ਕਨੈਕਟਡ ਹੋਤਾ ਹੈ। ਸੈਟੇਲਾਈਟ ਸੇ ਕਨੈਕਟਡ ਹੈਗਾ। ਸੋ ਬਿਲਕੁਲ ਸੋਚੋ ਜੇ ਤੁਸੀਂ ਵੀ TruckX ਦੀ ELD ਲੈਣੀ ਹੈ, ਕਿਉਂਕਿ ਦਿਨ ਬਹੁਤ ਥੋੜੇ ਰਹਿ ਗਏ ਨੇ। 16 ਤਰੀਕ ਨੂੰ 16 ਦਸੰਬਰ ਤੋਂ ਜਿਹੜਾ ਕੰਪਲਾਇੰਟ ਦਾ ਦਿਨ ਜਿਹੜਾ ਉਹ ਸ਼ੁਰੂ ਹੋ ਰਿਹਾ ਆ, ਜਿਨ੍ਹਾਂ ਕੋਲ AOBRDs ਵੀ ਜਿਹੜੀਆਂ ਉਹ ਹੈਗੀਆਂ ਨੇ, ਉਹ ਤੁਸੀਂ ਉਹਨਾਂ ਨੂੰ ਤੁਹਾਨੂੰ ਹੁਣ ELD ਦੇ ਵਿੱਚ ਉਹ ਚੇਂਜ ਕਰਨੀਆਂ ਹੀ ਜਿਹੜੀਆਂ ਉਹ ਪੈਣੀਆਂ ਨੇ। ਬਹੁਤ ਸਾਰੇ ਲੋਕਾਂ ਨੂੰ ਕਈ ਤਰੀਕੇ ਦੇ ਸੀਗੇ, ਕਹਿ ਰਹੇ ਸੀਗੇ ਵੀ ਸ਼ਾਇਦ ਹੈਗੀ ਆ ਜਾਂ ਨਹੀਂ ਹੈਗੀ, ਪਰ ਤਪਨ ਹੁਣਾਂ ਨੇ ਜਿਹੜਾ ਦੱਸਿਆ ਵੀ FMCSA ਨੇ ਵੀ ਇਹ ਬਿਲਕੁਲ ਜਿਹੜਾ ਕਲੀਅਰ ਕਰ ਦਿੱਤਾ ਆ ਵੀ ਉਹਨਾਂ ਨੇ ਸਖਤੀ ਦੇ ਨਾਲ ਜਿਹੜਾ ਇਸ ਨੂੰ ਜਿਹੜਾ ਉਹ ਲਾਗੂ ਜਿਹੜਾ ਉਹ ਕਰਨਾ ਹੈਗਾ ਆ। ਸੋ ਜੇ ਤੁਹਾਡਾ ਕੋਈ ਤੁਹਾਨੂੰ ਤੁਸੀਂ ਇਸ ਦੇ ਬਾਰੇ TruckX ਦੀ ਜਿਹੜੀ ELD ਦੇ ਬਾਰੇ ਤੁਹਾਡਾ ਕੋਈ ਸਵਾਲ ਹੈਗਾ, ਤੁਸੀਂ ਆਪਣੀ ਪੁਰਾਣੀ ਕਿਸੇ ELD ਤੋਂ ਨਾ ਖੁਸ਼ ਹੈਗੇ ਆ, ਤੁਸੀਂ ਇਹਨਾਂ ਨਾਲ ਜ਼ਰੂਰ ਗੱਲ ਕਰੋ, ਕਿਉਂਕਿ 16 ਤਰੀਕ ਤੋਂ ਬਾਅਦ ਦੇ ਵਿੱਚ ਐਵੇਂ ਭੰਬਲ ਭੂਸੇ 'ਚ ਫਸਣ ਦੀ ਬਜਾਏ ਤੁਸੀਂ ਜਿਹੜੇ ਪਹਿਲਾਂ ਹੀ ਇੱਕ ਵਧੀਆ ਜਿਹੜੀ ELD ਲਗਵਾ ਕੇ ਰੱਖੋ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 6506000008 650-600-000888 ਇਸ ਦੇ ਉੱਤੇ ਜਿਹੜਾ ਆ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦੇ ਕੋਲ ਵਾਇਰਡ ਅਤੇ ਬਲੂਟੁੱਥ ਦੀ ਜਿਹੜੀ ਦੋਨੋਂ ਹੀ ਤਰੀਕੇ ਦੇ ਨਾਲ ਚੱਲਣ ਵਾਲੀਆਂ ਜਿਹੜੀਆਂ ELDs ਅਵੇਲੇਬਲ ਆ। ਇਹ ਕਹਿੰਦੇ ਆ ਵੀ ਹਾਲ ਦੀ ਘੜੀ ਮਾਰਕੀਟ ਦੇ ਵਿੱਚ ਅਸੀਂ ਅਜਿਹੇ ਹਾਂ ਵੀ ਜਿਨ੍ਹਾਂ ਦੇ ਕੋਲ ਦੋਨੋਂ ਅਵੇਲੇਬਲ ਆ। ਅਤੇ ਇਹ ਵੀ ਜਿਹੜਾ ਜ਼ਰੂਰ ਦੱਸੋ ਵੀ ਜਿਹੜੀ ਵਾਇਰਡ ELD ਜਾਂ ਬਲੂਟੁੱਥ ELD ਕੋਈ ਰਾਈਟ ਨਾਓ ਕੋਈ ਸਪੈਸ਼ਲ ਆਫਰ ਵਗੈਰਾ ਜਿਹੜਾ ਕੁਛ ਚੱਲ ਰਿਹਾ ਹੈਗਾ, ਕਿਉਂਕਿ ਬਹੁਤ ਸਾਰੇ ਲੋਕ ਚਾਹੁੰਦੇ ਨੇ ਵੀ ਚਲੋ ਜੇ ਅਸੀਂ ਮੂਵ ਕਰਨ ਲੱਗੇ ਹਾਂ ਵੀ ਜੇ ਕੋਈ ਸਾਨੂੰ ਕਿਸੇ ਤਰੀਕੇ ਦਾ ਕੋਈ ਡਿਸਕਾਊਂਟ ਵਗੈਰਾ ਜਾਂ ਸਪੈਸ਼ਲ ਆਫਰ ਕੋਈ ਚੱਲ ਰਿਹਾ ਜੀ? ਹਾਂਜੀ ਬਿਲਕੁਲ। ਸੋ ਅਗਰ ਆਪ ਵਾਇਰਡ ELD ਲੇਤੇ ਹੈ ਤੋ ਹਮ ਆਪਕੇ 1 ਈਅਰ ਕੰਟਰੈਕਟ ਪੇ ਹਮ ਲੋਗ 10% ਡਿਸਕਾਊਂਟ ਦੇ ਦੇਤੇ ਹੈ। ਓਕੇ, ਠੀਕ ਹੈ ਜੀ। ਪਰ ਉਸਮੇ ਇੰਟਰਨੈਟ ਸਭੀ ਆਏਗਾ, ਹਮ ਲੋਗ AT&T ਕਾ ਇੰਟਰਨੈਟ ਯੂਜ਼ ਕਰਤੇ ਹੈ। ਓਕੇ, ਸੋ T-Mobile ਨਹੀਂ ਹੈ, ਅੱਛਾ ਇੰਟਰਨੈਟ ਸਰਵਿਸ ਮਿਲਤੀ ਹੈ। ਓਕੇ, ਠੀਕ ਹੈ ਜੀ। ਔਰ ਰਗੇਡਾਈਜ਼ ਟੈਬਲੇਟ ਹੈ, ਇਹ ਮਿਲਟਰੀ ਗ੍ਰੇਡ ਵਾਲੀ ELD ਬਣੀ ਹੋਈ ਹੈ। ਠੀਕ ਹੈ। ਤੋ ਡਸਟ ਪਰੂਫ ਹੋਤੀ ਹੈ, ਆਪ ਟਰੱਕ ਸੇ ਗਿਰਾ ਦੋ ਤੋ ਵੀ ਜਲਦੀ ਟੂਟੇਗੀ ਨਹੀਂ, ਤੋੜਨੇ ਵਾਲਾ ਤੋ ਤੋੜ ਵੀ ਲੇ, ਪਰ ਇਤਨੇ ਜਲਦੀ ਨਾਰਮਲ ਯੂਜ਼ ਮੇ ਨਹੀਂ ਟੂਟ, ਨਾਰਮਲ ਯੂਜ਼ ਮੇ ਨਹੀਂ ਟੂਟੇਗੀ ਜੀ। ਠੀਕ ਹੈ ਜੀ। ਸੋ ਬਿਲਕੁਲ, ਸੋ ਉਹਦੇ ਵਿੱਚ ਬਲੂਟੁੱਥ ਹੈ, ਉਹ ਤੋ ਹਮਾਰੀ ਕਾਫੀ ਈਜ਼ੀ ਹੈ, ਬਲੂਟੁੱਥ ਕੇ ਲਈ ਹਮ ਕੋਈ ਪੈਸੇ ਨਹੀਂ ਲੇਤੇ ਹੈ, ਆਪ ਇਸ ਫ੍ਰੀ ਆਤੀ ਹੈ ਡਿਵਾਈਸ, ਓਕੇ, ਸਬਸਕ੍ਰਿਪਸ਼ਨ ਕੇ ਚਾਰਜ ਹੋਤੇ ਹੈ, ਮੰਥਲੀ ਸਬਸਕ੍ਰਿਪਸ਼ਨ, ਓਕੇ, ਤੇ ਤੁਹਾਡੀ ਕਸਟਮਰ ਸਪੋਰਟ ਜਿੰਨਾ ਚਿਰ ਬੰਦਾ ਹੈਗਾ ਉਸ ਲਾਈਫ ਟਾਈਮ ਕਸਟਮਰ ਸਪੋਰਟ ਆ ਜਾਂ ਕੁਛ ਈਅਰ ਤੱਕ ਕਸਟਮਰ ਸਪੋਰਟ ਹੁੰਦੀ ਆ? ਨਹੀਂ, ਲਾਈਫ ਟਾਈਮ ਸਪੋਰਟ ਹੈ ਜੀ, ਕਿਉਂਕਿ ਸਬਸਕ੍ਰਿਪਸ਼ਨ ਹੈ ਤੋ ਸਬਸਕ੍ਰਿਪਸ਼ਨ ਮੈਂ ਆਪ ਜਬ ਤੱਕ ਪੇ ਕਰ ਰਹੇ ਹੈ ਤਬ ਤੱਕ, ਤਬ ਤੱਕ, ਹਾਂਜੀ। ਜੈਸੇ ਹਮਾਰੇ
पहले थे लोगों ने जिन्होंने AOBRD ले ली थी जी जी, तो वो अब ELD में कन्वर्ट होंगी तो उन्हें भी क्वार्टरली या फिर एक साल का पे करना पड़ेगा। AOBRD वन टाइम पेमेंट थी कुछ लोगों की थी इनिशियली, ठीक है, जो उन्होंने खरीदी थी तो वो दो साल तक चली थी, जो हमारी पहले एक हफ्ते में बिकी थी। ओके, उसके बाद फिर हम सारे सब्सक्रिप्शन वाले डाल दी मंथली। ओके, सो जिन्हों की AOBRD तुहाडे वाली ते वो ऑटोमेटिकली ELD होनी है, कि उन्होंने प्राइसेज भी बढ़ने हैं या उन्होंने सेम रहने हैं प्राइसेज? नहीं तो प्राइसेज सेम रहेंगे जी, ठीक है, जो भी प्राइसेज हैं अभी। अगर आपका सब्सक्रिप्शन नहीं है तो आपको बस सब्सक्रिप्शन पे साइन अप करना पड़ेगा। ओके, हम आपकी ELD रोक नहीं देंगे 16 तारीख को अगर आपने पे भी नहीं किया 16 में, बट आपको वो सब्सक्रिप्शन के लिए ईमेल आ जाएगी जी। ठीक है जी, सो जरूर अपनी ईमेल देते जो ध्यान दो, तो जिन्हें जिन्हें ने TruckX की जी ELD लाई आ, कोई भी तुम्हें क्वेश्चन हैगा तुसी चेंज करनी आ या ये बारे लोकेशन के बारे जिदा किसी ने पूछा या होर कुछ भी जो तो कोई कंसर्न हैगा या कोई सवाल हैगा, तुसी इन्हां नू तपन हुणा नू इन्हां दे ऑफिस दे विच कॉल कर सकते हो 650-600-0008 दे उत्ते। अपने नाल इक होर कॉलर जुड़े ने इंद्रजीत जी, सत श्रीकाल जी। हाँ जी भाई जी, सत श्रीकाल सारे सुनने वाले वीरां नू ते होस्ट ते दोस्तों सारे नू, सत श्रीकाल। सत श्रीकाल जी भाई जी, बस सादा जिहा क्वेश्चन है, ये हैगा भी ELD कैलिफोर्निया दे विच जिहड़ा ट्रांसपोर्ट करदा हैगा ਜਿਵੇਂ ਕਿ ਵੀ ਇੱਥੋਂ ਲੋਡ ਚੱਕ ਕੇ ਜਿਵੇਂ ਸਲੀਨਸ ਤੋਂ ਜਾਂ ਟ੍ਰੇਸੀ ਡਰੋਪ ਅਪ ਕਰ ਲਿਆ, ਸਟੋਕਟਨ ਡਰੋਪ ਅਪ ਕਰ ਲਿਆ, ਬੇਕਰਸਫੀਲਡ ਤੋਂ ਚੱਕ ਲਿਆ, ਇਸ ਤਰ੍ਹਾਂ ਕਰਕੇ ਕਿ ਉਹਨਾਂ ਨੂੰ ELD ਦੀ ਲੋੜ ਹੈਗੀ ਆ। ਤੁਸੀਂ ਸਿਰਫ ਇਨਸਾਈਡ ਕੈਲੀਫੋਰਨੀਆ ਕੰਮ ਕਰਦੇ ਹੋ? ਹਾਂਜੀ ਇਨਸਾਈਡ ਜੀ। ਸੋ ਸਿਰਫ ਇਨਸਾਈਡ ਕੈਲੀਫੋਰਨੀਆ ਮੈਂ, ਪ੍ਰੋਬਲਮ ਇਹ ਹੈ ਕਿ ਉਹਨਾਂ ਨੇ ਮਨਾ ਵੀ ਨਹੀਂ ਕੀਤਾ ਹੈ ਔਰ ਹਾਂ ਵੀ ਨਹੀਂ ਬੋਲਾ ਹੈ। ਅੱਛਾ, ਉਦਾਂ ਵੈਸੇ ਜਿਹੜੇ ਸੁਣਨ ਦੇ ਵਿੱਚ ਤਪਨ ਜੀ ਆਇਆ ਸੀਗਾ ਵੀ 2020 ਦੇ ਵਿੱਚ ਸ਼ਾਇਦ ELD ਕੈਲੀਫੋਰਨੀਆ ਦੇ ਵਿੱਚ ਲਾਗੂ ਹੋਣੀ ਆ। हाँ जी, बट उन्होंने अभी तक मना नहीं किया है कि हम लोग आपको लगानी नहीं है ELD। इंदर जी जी दसो, जो तुम कि गए तो उन्होंने पूछा सीगा जे इंटरनली कल कैलिफोर्निया चलते हैं भी ELD दिखाओ या पेपर लॉग दिखाओ, केड़ी चीज पूछते ने? चेकिंग कर रहे हैं देन आपको ट्रबल हो सकती है। अगर आप 100 मील से ज्यादा जा रहे हैं, अगर आप 100 मील के अंदर अंदर चला रहे हैं तो आपको डेफिनेटली ELD लगाने की जरूरत नहीं, सिर्फ पेपर लॉग इज पेपर लॉग इज ओके। ठीक है, चलो थैंक यू इंद्रजीत जी। सेम थिंग जिदा मरवाना का है ना भी कैलीफोर्निया दे विच लीगल आ, जे इत्थे दे तुहानूं अफसर पुछदा है तो जिन्नी क मात्रा दे विच जे तुसीं फड़े जांदे आ तो दैट्स ओके, जे फैडरल वाला फड़दा आ तो वह 100% इलीगल आ, चाहे तुहाडे कोल थोड़ी आ तो चाहे तुहाडे कोल जिहड़ी उह ज़्यादा आ। सो ये चीज़ का जिहड़ा फर्क आ, सो जिदा तपन हुणां ने भी कहा भी जे तो कैलीफोर्निया वाले तुहानूं रोक रहे आ फिर तो शायद वो तुहाडी गल सुन भी लैण, मन भी जाण, पर हर एक आई थिंक ऑफिसर के उत्ते जो डिपेंड हैगा आ। ये भी एक बहुत वड्डी जिहड़ी तपन जी प्रॉब्लम आउणी भी आ ते आ भी रही है बहुत सारे लोगों नूं भी, कई वारी जिहड़े ऑफिसर आ उन्हां नूं भी पूरा जिहड़ा इस दे बारे नॉलेज नहीं हैगी हैगी। सो एक दो महीने में थोड़ा ज़्यादा क्लीयर हो जाएगा। ओके, लोकल वालों के लिए ठीक है। प्रितपाल सिंह जी, सत श्रीकाल जी। हाँ जी, सत श्रीकाल जी। सत श्रीकाल जी। हाँ जी तपन जी, मेरा क्वेश्चन था कि मेरे पास लगी हुई है ओमनी ट्रैक की। हाँ जी। तो अभी तक मुझे 2-4 बार पुल किया स्केल पे जहाँ पर भी, तो वो कहते थे कि भाई आप जो है ईमेल अपना देते थे, वो ईमेल एड्रेस। हाँ जी। ओके, तो मैं ईमेल में उनका डाल के मैं ट्रांसफर करता था तो उनके पास अंदर प्रिंट हो जाता था, तो बाद में आगे कहते थे भाई जो भी प्रॉब्लम है। तो अभी 16 तारीख के बाद हम जो ओमनी ट्रैक है इसमें भी डाटा ट्रांसफर का लगाना पड़ेगा या ईमेल वाला चलेगा वही पुराना? प्रिंट वाला नहीं चलेगा जी, उसमें डेटा ट्रांसफर का ऑप्शन होना चाहिए। डेटा ट्रांसफर दो तरीके से होता है, ईमेल या फिर वेब, पर उनके कंप्यूटर में आनी चाहिए लॉग बुक। लाइक मतलब ईमेल ईमेल के थ्रू भी जा सकती है कि नहीं? जो ट्रेडिशनल ईमेल है वो नहीं होता है, पर उनके अगर ईरॉड सिस्टम में अगर उन्हें दिखती है तो आपकी वैलिड है फिर, नहीं तो आप AOBRD यूज कर रहे होंगे। जरूर कर लो, इस तो पहला भी तुहानू एवें भुलेखे दे विच तुसी रह जाओ। ओमनी ट्रैक्स तो रेप्यूटेड कंपनी है तो आपको प्रॉब्लम नहीं होनी चाहिए, बट आप उनका मोड कौन सा चल रहा है आपका वो आपने देख लेना, वो मेक श्योर कर लो भी तुहाडा मोड जिहड़ा केड़े वाला कहिंदे आ जी वो चलता है, बाद विच एवें भुलेखा ना जिहड़ा तुहानू पै जावे। उदा ईमेल के जरिए भी उदा कहिंदे भी जांदे आ, पर जिहड़ा उन्हां दा हाईवे पेट्रोल वालिआं दा जिहड़ा ई रॉड सिस्टम आ
ਉਹਦੇ ਵਿੱਚ ਤੁਹਾਡੀ ਜਦੋਂ ਡਾਟਾ ਟ੍ਰਾਂਸਫਰ ਕਰਦੇ ਆ ਉਹਦੇ ਵਿੱਚ ਦਿਖਣੀ ਚਾਹੀਦੀ ਆ, ਉਹ ਉਹ ਜਿਹੜਾ ਕਨਫਰਮ ਕਰ ਲਿਓ ਉਹਨਾਂ ਦੇ ਕੋਲੋਂ। ਠੀਕ ਆ, ਥੈਂਕ ਯੂ ਜੀ, ਥੈਂਕ ਯੂ ਜੀ। ਤੇ ਵਰਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਵਰਿੰਦਰ ਜੀ। ਹਾਂ ਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ, ਮੈਂ ਮੇਰਾ ਇਹ ਕੁਐਸਚਨ ਸੀਗਾ, ਮੇਰੇ ਕੋਲੇ, ਮੈਂ ਵੈਸੇ ਲੋਕਲ ਚਲਾਉਣਾ ਹੈਗਾ ਨਾ ਜੀ, ਮੇਰੇ ਕੋਲੇ ਈਐਲਡੀ ਲੱਗੀ ਹੈ ਪੀਪਲ ਨੈਟ ਦੀ। ਓਕੇ, ਲੋਕਲ ਆਪ 100 ਮੀਲ ਕੇ ਅੰਦਰ ਹੀ ਚਲਾਤੇ ਹੈ ਜਾਂ ਜ਼ਿਆਦਾ ਜਾਤੇ? ਹਾਂ ਜੀ, ਮੈਂ 100 ਮੀਲ ਕੇ ਅੰਦਰ ਚਲਾਤਾ ਹੂੰ, ਤੋ ਮੇਰੇ ਪਾਸ ਉਸਮੇ ਆਪਸ਼ਨ ਹੈ ਵੀ ਈਐਲਡੀ ਐਗਜ਼ੈਂਪਟ, ਕਿਉਂਕਿ ਮੈਨੇ ਉਹ ਈਐਲਡੀ ਐਗਜ਼ੈਂਪਟ ਕਾ ਆਪਸ਼ਨ ਹੈ, ਤੋ ਈਐਲਡੀ ਐਗਜ਼ੈਂਪਟ ਕੀਆ ਹੋਇਆ ਹੈ ਮੈਨੇ ਆਪਣੇ। ਓਕੇ, ਪੀਪਲ ਨੈਟ ਮੇ। ਠੀਕ ਹੈ, ਤੋ ਮੁਝੇ ਇੱਕ ਦੋ ਵਾਰ ਦੋ ਵਾਰ ਸਕੇਲ ਪੇ ਪੁੱਲ ਓਵਰ ਕੀਆ ਹੈ, ਤੋ ਜਬ ਵੀ ਵੋ ਦੇਖਤੇ ਹੈ ਵੀ ਮੇਰੀ ਸਕਰੀਨ ਪੇ ਈਐਲਡੀ ਐਗਜ਼ੈਂਪਟ ਹੈ, ਵੋ ਮੇਰੀ ਲੌਗ ਬੁੱਕ ਦੇਖ ਸਕਤੇ ਹੈ, ਲੌਗ ਬੁੱਕ ਅਗਰ ਦੇਖਣਾ ਚਾਹੇ ਤੋ ਵੋ ਚਲਤੀ ਹੈ, ਵੋ ਈਐਲਡੀ ਐਗਜ਼ੈਂਪਟ ਹੈ, ਤੋ ਵੋ ਆਫਸਰ ਮੁਝੇ ਕਿਆ ਕਹਿੰਦਾ ਹੈ, ਓਕੇ ਯੂ ਆਰ ਈਐਲਡੀ ਐਗਜ਼ੈਂਪਟ, ਆਈ ਡੋਂਟ ਵਾਂਟ ਟੂ ਵੇਸਟ ਮਾਈ ਟਾਈਮ, ਜਸਟ ਯੂ ਆਰ ਗੋ, ਯਾ ਦੇਖਦੇ ਨੀ। ਠੀਕ ਹੈ ਜੀ, ਇੰਟਰਨੈਟ ਨਾ ਹੋਵੇ ਉਦਣ ਕਿੱਦਾਂ ਦੇਖਣੀ ਆ ਉਹਦੇ ਬਾਰੇ ਵੀ ਤੁਹਾਨੂੰ ਜਿਹੜੀ ਨੌਲੇਜ ਹੋਣੀ ਚਾਹੀਦੀ ਹੈ, ਵੀ ਜੇ ਬਾਈ ਚਾਂਸ ਤੁਹਾਨੂੰ ਪੁੱਛ ਲੈਂਦਾ ਵੀ ਜੇ ਇੰਟਰਨੈਟ ਐਕਸੈਸ ਨਹੀਂ ਹੈਗਾ ਫਿਰ ਕਿੱਦਾਂ ਦੇਖਣੀ ਹੈ। ਹਾਂ, ਔਰ ਈਐਲਡੀ ਐਗਜ਼ੈਂਪਟ ਹੈ, ਅਗਰ ਆਪ ਲੋਕਲ ਚਲਾਤੇ ਹੈ ਤੋ ਆਫੀਸਰ ਆਪਕੋ ਮੰਗ ਸਕਤੇ ਹੈ ਆਪਕੇ ਰਿਕਾਰਡਸ, ਪੇਪਰ ਲੌਗ ਵੀ ਨਹੀਂ, ਆਪਕੇ ਪਿਕਅਪ ਡਿਲੀਵਰੀ ਕੇ ਡਾਕੂਮੈਂਟਸ ਮੰਗ ਸਕਤੇ ਹੈ, ਤਾਕਿ ਪ੍ਰੂਵ ਕਰ ਪਾਏ ਆਪਕੇ ਆਪ 100 ਮੀਲ ਕੇ ਅੰਦਰ ਹੀ ਹੈ। ਐਕਚੁਅਲ ਮੇ ਲੋਕਲੀਆਂ ਵੀ ਐਸੇ ਨਾ ਹੋ ਵੀ ਕੋਈ ਬੰਦਾ ਉਦਾਂ ਜਾ ਰਿਹਾ ਵਿੱਚ ਈਐਲਡੀ ਐਗਜ਼ੈਂਪਟ ਲੈ ਕੇ ਤੁਰਿਆ ਜਾਵੇ, ਇਦਾਂ ਨਹੀਂ। ਵੀਰੇਂਦਰ ਜੀ ਤੋਂ ਲੱਕੀ ਦਿਖ ਰਹੇ ਹਨ, ਉਨਕੋ ਪੁੱਛਾ ਨਹੀਂ ਜੀ। ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਅਮਰੀਕ ਜੀ। ਅੱਛਾ, ਮੇਰਾ ਕੁਐਸਚਨ ਹੈਗਾ, ਜਿਹੜਾ ਈ ਰੋਡ ਸਿਸਟਮ ਹੈ ਜੋ ਆਪ ਲੌਗ ਬੁੱਕ ਕਾ ਬਤਾ ਰਹੇ ਹੈ, ਇਸਮੇ ਡਾਟਾ ਜੋ ਹੈ ਵੋ ਖਾਲੀ ਈਐਲਡੀ ਮੇ ਹੀ ਟ੍ਰਾਂਸਫਰ ਹੋਤਾ ਹੈ ਯਾ ਅਬੋਰਡ ਮੇ ਵੀ ਹੋਤਾ ਹੈ? ਨਹੀਂ, ਅਬੋਰਡ ਸੇ ਟ੍ਰਾਂਸਫਰ ਨਹੀਂ ਹੋਤਾ ਹੈ, ਈ ਰੋਡ ਮੇ ਸਿਰਫ ਈਐਲਡੀ ਸੇ ਟ੍ਰਾਂਸਫਰ ਹੋ ਸਕਤਾ ਹੈ, ਤੋ ਜਿਤਨੀ ਵੀ ਈਐਲਡੀ ਕੰਪਨੀਜ਼ ਹੈ ਵੋ ਹੀ ਟ੍ਰਾਂਸਫਰ ਕਰ ਸਕਤੀ ਹੈ। ਔਰ ਯੇ ਜੋ ਅਬੋਰਡ ਸਿਸਟਮ ਹੈ ਯੇ ਇਸਕੇ ਡਿਸੰਬਰ 16 ਕੇ ਬਾਅਦ ਬਿਲਕੁਲ ਖਤਮ ਹੋ ਜਾਏਗਾ? ਬਿਲਕੁਲ, ਹਾਂ ਜੀ ਬਿਲਕੁਲ ਖਤਮ ਹੈ, ਇਟਸ ਇਲੀਗਲ ਟੂ ਯੂਜ਼, ਯੋ ਵੀ ਨਹੀਂ ਇਲੀਗਲ ਟੂ ਯੂਜ਼ ਹੈ ਯਾ ਜੋ ਸਰਵਿਸ ਪ੍ਰੋਵਾਈਡਰ ਹੈ ਯੇ ਵੀ ਇਸਕੋ ਖਤਮ ਕਰ ਦੇਗੇ ਕੀ? ਹਮ ਹਮਾਰੇ ਟਰੱਕਐਕਸ ਕੇ ਸਾਈਡ ਸੇ ਤੋ ਹਮ ਖਤਮ ਕਰ ਰਹੇ ਹੈਂ, ਬਾਕੀਓ ਕੀ ਤੋ ਮੈਂ ਗਾਰੰਟੀ ਨਹੀਂ ਲੈ ਸਕਤਾ। ਬਹੁਤ ਇਹ ਵੀ ਵੀਰ ਜੀ ਗੱਲ ਹੁੰਦੀ ਹੈ ਬਹੁਤ ਵਾਰੀ ਨਾ, ਕੰਪਨੀਆਂ ਕਹਿੰਦੀਆਂ ਕੁਛ ਨੇ, ਬਾਅਦ ਦੇ ਵਿੱਚ ਅਖੀਰਲੇ ਮੌਕੇ ਦੇ ਉੱਤੇ ਹੋ ਸਕਦਾ ਉਹ ਕੰਪਲਾਈਂਟ ਜਿਹੜੀਆਂ ਨਾ ਹੋ ਸਕਦੀਆਂ, ਉਹਨਾਂ ਦੀਆਂ ਆਪਣੀਆਂ ਕੋਈ ਡਿਫੀਕਲਟੀਜ਼ ਹੋ ਸਕਦੀਆਂ ਆ, ਜਾਂ ਉਹਨਾਂ ਦੇ ਆਪਣੇ ਕੋਈ ਵਿਚਾਰ ਹੋ ਸਕਦੇ ਵੀ ਉਹ ਛੱਡ ਜਾਣ ਵੀ ਨਹੀਂ ਜੀ ਅਸੀਂ ਵਿੱਚ ਵਿਚਾਲੇ ਜਿਹੜੇ ਛੱਡ ਕੇ ਚਲ ਜਾਣੇ ਆ। ਸੋ ਮੇਕ ਸ਼ੋਰ ਕਰੋ ਵੀ ਜਿਹੜੀ ਵੀ ਤੁਸੀਂ ਲਵਾਈ ਹੋਈ ਆ ਉਹ ਈਐਲਡੀ ਕੰਪਲਾਈਂਟ ਜਿਹੜੀ ਉਹ ਹੋਵੇ, ਅਤੇ ਐੱਫ ਐੱਮ ਸੀ ਐੱਸ ਏ ਦੇ ਦੁਆਰਾ ਸਰਟੀਫਾਈਡ ਜਿਹੜੀ ਉਹਨਾਂ ਦੀ ਸਰਟੀਫਾਈਡ ਲਿਸਟ ਦੇ ਵਿੱਚ ਜਿਹੜੀ ਉਹ ਜ਼ਰੂਰ ਹੋਵੇ, ਨਹੀਂ ਤਾਂ ਬਾਅਦ ਦੇ ਵਿੱਚ ਐਵੇਂ ਵੱਡੀ ਪ੍ਰੋਬਲਮ ਆਊਗੀ। ਅਤੇ ਆਪਾਂ ਪ੍ਰੋਗਰਾਮ ਨੂੰ ਵੀ ਜਿਹੜਾ ਸਮਾਪਤ ਕਰਾਂਗੇ, ਅਤੇ ਜਾਂਦੇ ਜਾਂਦੇ ਇੱਕ ਕਾਲਰ ਜਿਹੜੇ ਹੋਰ ਉਹ ਲੈਂਦੇ ਹਾਂ। ਜਸਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਜਸਬੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਜਸਬੀਰ ਜੀ। ਹਾਂਜੀ ਤਪਨ ਜੀ, ਮੇਰੇ ਪਾਸ ਏ ਓ ਬੀ ਆਰ ਡੀ ਹੈ, ਤੋ ਇਸਕੇ ਲਈ ਮੈਂ ਪਹਿਲੇ ਫੋਨ ਹੀ ਯੂਜ਼ ਕਰਤਾ ਥਾ, ਅਭੀ ਫੋਨ ਪੇ ਹੀ ਚਲੇਗੀ ਯਾ ਇਸਕੇ ਲਈ ਕੁਛ ਟੈਬਲੇਟ ਲੈਣੀ ਪੜੇਗੀ? ਫੋਨ ਪੇ ਵੀ ਚਲੇਗੀ ਈ ਐਲ ਡੀ, ਸੋ ਆਪ ਫੋਨ ਯੂਜ਼ ਕਰ ਸਕਤੇ ਹੈ, ਟੈਬਲੇਟ ਵੀ ਯੂਜ਼ ਕਰ ਸਕਤੇ ਹੈ। ਮੇਕ ਸ਼ੋਰ ਕਿ ਆਪ ਅਗਰ ਫੋਨ ਯੂਜ਼ ਕਰ ਰਹੇ ਹੈ ਤੋ ਕੋਈ ਮਾਊਂਟ ਯੂਜ਼ ਕਰ ਲੇ ਆਪ, ਜੋ ਆਪਕੇ ਟਰੱਕ ਮੇ ਸਾਹਮਨੇ ਲਗਾ ਹੋ, ਸੋ ਦੈਟ ਇਜ਼ ਮਚ ਬੈਟਰ। ਓਕੇ, ਦੂਸਰਾ ਮੈਂ ਅਭੀ ਕੱਲ ਲੋਡ ਮੁਝੇ ਉਠਾਨਾ ਹੈ, ਤੋ ਮੈਂ ਯੇ 15-16 ਤੱਕ ਕਰ ਸਕਤਾ ਹੂੰ ਇਸਕੋ, ਉਧਰ ਜੈਸੇ ਮੈਨੇ ਜਾਰਜੀਆ ਜਾਣਾ ਹੈ ਉਧਰ ਜਾ ਕੇ ਇਸੇ ਯਹਾਂ ਸੇ ਨਾ ਸ਼ੁਰੂ ਕਰੂੰ ਤੋ? ਆਪ 15 ਤਾਰੀਖ ਤੱਕ ਏ ਓ ਬੀ ਆਰ ਡੀ ਯੂਜ਼ ਕਰ ਸਕਤੇ ਹੈ, ਉਸਕੇ ਬਾਅਦ ਆਪਕਾ ਈ ਐਲ ਡੀ ਹੋ ਜਾਏਗਾ 16 ਤਾਰੀਖ ਸੇ। ਨਹੀਂ ਇਸਕੋ ਕੈਸੇ ਮੁਝੇ ਕੁਛ ਆਪ ਲਿੰਕ ਭੇਜੇਂਗੇ ਯਾ ਇਹ ਆਟੋਮੈਟਿਕਲੀ ਹੀ ਹੋ ਜਾਏਗਾ? ਆਟੋਮੈਟਿਕਲੀ ਕਨਵਰਟ ਹੋ ਜਾਏਗਾ ਜੀ, ਹਮੇਂ ਕਰਨੇ ਕੀ ਕੋਈ ਜ਼ਰੂਰਤ ਨਹੀਂ ਹੈ, ਕੋਈ ਜ਼ਰੂਰਤ ਨਹੀਂ ਐਪ ਅਪਡੇਟ ਵੀ ਨਹੀਂ ਕਰਨ ਦੀ ਜ਼ਰੂਰਤ ਨਹੀਂ, ਐਪ ਵੀ ਆਪਣੇ ਆਪ ਅਪਡੇਟ ਹੋ ਜਾਏਗੀ ਅਗਰ ਆਪ ਲੇਟੈਸਟ ਵਰਜ਼ਨ ਪੇ ਹੈ ਤੋ। ਹਮ ਇੱਕ ਈਮੇਲ ਭੇਜ ਦੇਂਗੇ ਇੱਕ ਬਾਰ ਕਨਵਰਟ ਹੋ ਗਏ ਸਭੀ ਕੋ, ਠੀਕ 15 ਤਾਰੀਖ ਕੋ ਰਾਤ ਮੇ, ਪਰ ਅਗਰ ਆਪ ਦੇਖ ਲੇ ਆਲਮੋਸਟ ਮਿਡਨਾਈਟ ਟਾਈਮ। ਥੈਂਕ ਯੂ। ਓਕੇ ਓਕੇ, ਅੱਛਾ ਇੱਕ ਕੁਐਸਚਨ ਹੋਰ ਸੀ ਵੀਰ ਜੀ, ਇਸਮੇ ਅਭੀ ਹਮੇਂ ਇਹ ਪ੍ਰੋਬਲਮ ਆ ਰਹੀ ਹੈ ਕਿ ਜੈਸੇ ਹਮਾਰਾ ਡੇ ਖਤਮ ਹੋ ਗਿਆ
हम एक घंटा पहले रुके हुए डेस्टिनेशन से, एक घंटा पहले हमारा लॉग बुक खत्म हो गया, डे खत्म हो गया, तो एक घंटा पहले के लिए हमें 10 घंटे रुकना पड़ेगा या उसमें कुछ ऑप्शन है कि हम एक घंटा ड्राइव करके या आधा घंटा ड्राइव करके डेस्टिनेशन पहुंच सकते हैं? सो डेस्टिनेशन तो नहीं पहुंच सकते हैं, पर उसमें एक होता है ऑप्शन पर्सनल कन्वेंस। पर्सनल कन्वेंस आप यूज कर सकते हैं ओनली वेन अगर आप अनसेफ हैं, अगर आप कहीं रुक गए, आपकी लॉग बुक खत्म हो गई और आप अनसेफ हैं, तो आप पर्सनल में डाल के चला सकते हैं। अगर रोज चलाएंगे तो आपको प्रॉब्लम आएगा, अगर एक आधी बार, क्योंकि प्रॉब्लम ये है कि ऑफिसर बोलेगा आप प्लान नहीं कर रहे हो आपका राउट, अगर आप रोज रोज करेंगे कि मेरी रोज लॉग बुक खत्म हो गई। तो जसबीर जी ਦੇ ਵਿੱਚ ਵੀ ਮੈਂ ਆਪਾਂ ਕਈ ਵਾਰੀ ਇਸ ਦੇ ਉੱਤੇ ਵੈਸੇ ਦੱਸਿਆ ਵੀ ਜਿਸ ਚੀਜ਼ ਦੇ ਵਿੱਚ ਤੁਹਾਨੂੰ ਜਾਂ ਤੁਹਾਡੀ ਕੰਪਨੀ ਤੋਂ ਮੋਨੀਟਰੀ ਬੈਨੀਫਿਟ ਹੋ ਰਿਹਾ ਹੋਵੇ ਉਸ ਚੀਜ਼ ਦੇ ਵਿੱਚ ਜਿਹੜਾ ਤੁਸੀਂ ਪਰਸਨਲ ਕਨਵੀਨੈਂਸ ਇਦਾਂ ਯੂਜ਼ ਨਹੀਂ ਕਰ ਸਕਦੇ। ਪਰ ਜਿੱਦਾਂ ਤਪਨ ਜੀ ਨੇ ਦੱਸਿਆ ਵੀ ਜੇ ਅਨਸੇਫ ਮਹਿਸੂਸ ਕਰ ਰਹੇ ਹੋ ਥਾਂ ਇਦਾਂ ਦੀ ਆ ਜਿੱਥੇ ਤੁਹਾਡੀ ਲੌਗ ਬੁੱਕ ਜਿਹੜੀ ਆ ਕੇ ਮੁੱਕ ਗਈ ਆ, ਉਦੋਂ ਥੋੜ੍ਹਾ ਬਹੁਤ ਅੱਗੇ ਪਿੱਛੇ ਜਾ ਸਕਦੇ ਹੋ ਜਿਹੜਾ ਅਗਲੇ ਸਟੋਪ ਸਟੂਪ ਵਗੈਰਾ ਤੱਕ, ਪਰ ਇਹ ਨਾ ਹੋਵੇ ਵੀ ਉਹ 100 ਮੀਲ ਦੂਰ ਹੋਵੇ ਬਾਅਦ ਚ ਗੱਲ। ਲੋਡ ਡਰੋਪ ਨਹੀਂ ਕਰ ਸਕਦੇ? ਨਹੀਂ ਜੀ, ਨਹੀਂ ਨਹੀਂ ਬਿਲਕੁਲ ਨਹੀਂ, ਲੋਡ ਡਰੋਪ ਨਹੀਂ ਜਿਹੜਾ ਉਹ ਕਰ ਸਕਦੇ। ਜਿਹਦੇ ਵਿੱਚ ਤੁਹਾਡੀ ਕੰਪਨੀ ਆ ਤੁਹਾਨੂੰ ਮੋਨੀਟਰੀ ਡਾਲਰਾਂ ਦਾ ਫਾਇਦਾ ਹੋ ਰਿਹਾ ਉਹ ਬਿਲਕੁਲ ਨਹੀਂ ਕਰ ਸਕਦੇ ਪਰਸਨਲ ਕਨਵੀਨੈਂਸ। ਅੱਛਾ, ਇੱਕ ਲਾਸਟ ਕੁਐਸਚਨ ਪਲੀਜ਼ ਜੀ। ਜਿਸ ਤਰ੍ਹਾਂ ਜੈਸੇ ਅਬ ਮੈਂ ਕੈਲੀਫੋਰਨੀਆ ਆਇਆ, ਮੇਰੇ 70 ਆਵਰਸ ਪੂਰੇ ਹੋ ਗਏ, ਲੇਕਿਨ ਮੈਂ ਰਿਸੀਵਰ ਕੇ ਪਾਸ ਪਹੁੰਚ ਗਿਆ ਹੂੰ, ਮੈਨੇ ਲੋਡ ਖਾਲੀ ਕਰ ਦੀ ਹੈ, ਮੇਰੇ ਅਬ ਆਵਰ ਖਤਮ ਹੈ, 70 ਆਵਰ ਜੋ ਹੈ ਵੋ ਖਤਮ ਹੈ, ਕਿਆ ਮੈਂ ਉਸਕੋ ਪਰਸਨਲ ਡਾਲ ਕੇ ਆਪਣੇ ਯਾਰਡ ਤੱਕ ਆ ਸਕਤਾ ਹੂੰ ਕਿ ਨਹੀਂ ਆ ਸਕਤਾ? टेक्निकली नहीं आ सकते हैं आप, क्योंकि आपका होता है डॉक्यूमेंट के रूल्स के हिसाब से आपकी जहां से डिस्पैचिंग चालू हुई है वहीं पे आपकी ख़त्म होगी, तो आपकी यार्ड में आने के बाद आप टेक्निकली आप रिलीव होते हैं आपके जॉब से। ओके ठीक है जी, थैंक यू, थैंक यू जी, थैंक यू वेरी मच। बिल्कुल सर, श्रोतियों जो तुम भी ट्रक एक्स वाले नाल गल करनी चाहते हो तो इन्हों के जो ऑफिस के कॉल कर सकते हो, इन्होंने 650-600-0008 ਦੇ ਜਿਹੜਾ ਤੁਸੀਂ ਕਾਲ ਕਰ ਸਕਦੇ ਹੋ। ਅਤੇ ਤਪਨ ਜੀ ਥੈਂਕ ਯੂ ਵੈਰੀ ਮੱਚ, ਤੁਸੀਂ ਸਾਡੇ ਨਾਲ ਜੁੜੇ ਇਸ ਦੇ ਬਾਰੇ ਜਿਹੜੀ ਆ ਤੁਸੀਂ ਜਾਣਕਾਰੀ ਦਿੱਤੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅਤੇ ਸੋ ਇਹ ਸੀਗੇ ਆਪਣੇ ਨਾਲ ਜਿਹੜੇ ਟਰੱਕਐਕਸ ELD ਵਾਲੇ ਜਿਹੜੇ ਤਪਨ ਜੀ, 16 ਤਰੀਕ ਨੂੰ ਜਿਹੜੀ ਆ ELD ਆ ਉਹ ਸਾਰੇ ਪਾਸੇ ਲੱਗਣ ਜਾ ਰਹੀ ਹੈ 16 ਦਸੰਬਰ ਤੋਂ। ਸੋ ਉਸ ਦੇ ਲਈ ਤੁਸੀਂ ਰੈਡੀ ਰਹੋ, ਜਿਹਨਾਂ ਕੋਲ ਟਰੱਕਐਕਸ ਦੀ AOBRD ਆ ਉਹ ਇਹਨਾਂ ਦੇ ਕਹਿਣ ਮੁਤਾਬਕ ਉਹ ਆਟੋਮੈਟਿਕਲੀ ਜਿਹੜੀ ELD ਦੇ ਵਿੱਚ ਉਹ ਕਨਵਰਟ ਹੋ ਜਾਏਗੀ, ਤੁਹਾਨੂੰ ਈਮੇਲ ਆ ਜਾਊਗੀ, ਐਪ ਜਿਹੜੀ ਆ ਤੁਸੀਂ ਲੇਟੈਸਟ ਅਪਡੇਟ ਜਿਹੜੀ ਇਹਨਾਂ ਦੀ ਜਿਹੜੀ ਉਹ ਕਰਕੇ ਤੁਸੀਂ ਰੱਖੋ, ਸੋ ਆਟੋਮੈਟਿਕਲੀ ਤੁਸੀਂ ਉਸ ਦੇ ਵਿੱਚ ਕਨਵਰਟ ਜਿਹੜੇ ਹੋ ਜਾਓਗੇ। ਅਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਸਤਿਕਾਰ ਸਹਿਤ, ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM KIID